ਲਵਾਰਕਾ ਰੋਡ ਆਪਣੇ ਸਾਹਮਣੇ ਇਹਦੇ ਹੈਗੇ ਜੇ ਆਰਬੀ ਸਟੇਟ ਸਾਈਡ ਸਰ ਇੱਥੇ ਥੋੜਾ ਦੱਸੋਗੇ ਸਵੇਰੇ ਐਕਸੀਡੈਂਟ ਹੋਇਆ ਜੀ ਆਪਣਾ ਰੋਡ ਇਧਰੋਂ ਬਹੁਤ ਫਾਸਟ ਗੱਡੀ I-20 ਆ ਰਹੀ ਸੀ ਜੀ ਇਹਦਾ ਨੰਬਰ ਬਿਲਕੁਲ ਹਾਂ PB46Z1100 ਅੱਛਾ ਵਾਈਟ ਕਲਰ ਦੀ ਤਾਂ ਫਿਰ ਕਿੰਨੇ ਜਣੇ ਇਹਦੇ ਵਿੱਚ ਫੱਟਰ ਹੋਏ ਇਹਦੇ ਵਿੱਚ 3 ਜਣੇ ਫੱਟਰ ਹੋਏ ਜੀ ਅੱਛਾ ਦੋ ਜਾਣੇ ਤੇ ਹਸਪੀਟਲ ਅਮਨਦੀਪ ਹਸਪਤਾਲ ਜਿਹੜੇ ਉਹ ਰੈਫਰ ਕਰਦੇ 108 ਨੰਬਰ ਵੈਨ ਦੇ ਵਿੱਚ ਇੱਕ ਲੜਕੇ ਨੂੰ ਥੋੜ੍ਹੀ ਜਿਹੀ ਘੱਟ ਸੱਟਾਂ ਲੱਗੀਆਂ ਉਹਦੇ ਫਾਦਰ ਉਹ ਆ ਰਿਹਾ ਅਤੇ ਉਹਨਾਂ ਦੇ ਮਦਰ ਆ ਗਏ ਸੀ ਉਹ ਆਪ ਲੈ ਗਏ ਉਹਨਾਂ ਨੂੰ ਉਹਨੂੰ ਥੋੜ੍ਹੀ ਘੱਟ ਸੱਟਾਂ ਲੱਗੀਆਂ ਸਰ ਲੜਕੇ ਨੂੰ ਕਿਸ ਤਰ੍ਹਾਂ ਦੀ ਜਿੰਨੀ ਐਕਸੀਡੈਂਟ ਕੀਤਾ ਕਿਹਾ ਜਾ ਰਿਹਾ ਕਿ ਬੜੀ ਤੇਜ਼ ਸਪੀਡ ਬਾਹਰ ਆਇਆ ਸੀ ਇਹ ਲੜਕਾ ਜਿਹੜਾ ਹੈ ਉਹਨੇ ਮਤਲਬ ਆਪਣੇ ਡਰੱਗ ਲਈ ਹੋਈ ਅਤੇ ਜਦੋਂ ਵੇਖਿਆ ਪਿਆ ਨੁਕਸਾਨ ਜ਼ਿਆਦਾ ਹੋ ਗਿਆ ਫਿਰ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਧਮਕੀ ਵੀ ਦਿੱਤੀ ਉਹਨੇ ਵੀ ਮੇਰੇ ਕੋਲ ਜਣਾ ਫੜੂਗਾ ਅਤੇ ਮੈਂ ਉਹਨੂੰ ਮਤਲਬ ਸ਼ੂਟ ਕਰੂੰਗਾ ਗੋਲੀ ਮਾਰਦਾ ਹਾਂਜੀ ਤਾਂ ਸਰ ਪੁਲਿਸ ਲੈ ਗਈ ਇਹਨੂੰ ਫੜ ਕੇ ਜੀ ਹਾਂਜੀ ਪੁਲਿਸ ਲੈ ਗਈ ਮੌਕੇ 'ਤੇ ਲੈ ਗਏ ਗਮਟਾਲਾ ਚੌਂਕੀ ਵਾਲੇ ਲੈ ਗਏ ਲੁਹਾਰਕਾ ਰੋਡ ਚੌਂਕੀ ਇਹ ਜੀ ਲੁਹਾਰਕੇ ਪੈਟਰੋਲ ਪੰਪ ਦੇ ਅਗਲੇ ਪਾਸੇ ਹੋਇਆ ਜੀ ਕੀ ਹੋਇਆ ਇਹ ਕਾਰ I-20 ਜਿਹੜੀ ਸ਼ਹਿਰ ਵੱਲੋਂ ਆ ਰਹੀ ਸੀ ਅਤੇ ਮੋਟਰਸਾਈਕਲ ਵਾਲੇ ਆ ਜੀ ਇੱਧਰੋਂ ਸ਼ਹਿਰ ਵੱਲੋਂ ਜਾ ਰਹੇ ਸੀ ਕਾਰ ਤੇਜ਼ ਸੀ ਤੇਜ਼ ਕਾਰ ਨੇ ਆਪਣੀ ਸੰਤੁਲਨ ਗਵਾ ਬੈਠਾ ਇਹਨੇ ਐਕਸੀਡੈਂਟ ਕੀਤਾ ਰੌਂਗ ਸਾਈਡ ਆਣ ਕੇ ਇਹਨਾਂ ਨੇ ਇੱਕ ਐਕਟਵਾ ਮੋਟਰਸਾਈਕਲ ਫੱਟਰ ਕਿੰਨੇ ਜਣੇ ਹੋਏ ਸਰ ਫੱਟਰ 3 ਜਣੇ ਹੋਏ ਜੀ ਅਤੇ ਸਰ ਕਿਹਾ ਜਾ ਰਿਹਾ ਕਿ ਨਸ਼ਾ ਕੀਤਾ ਹੋਇਆ ਸੀ ਇਹਨੇ ਤਾਂ ਹਜੇ ਵੀ ਥਾਣੇ 'ਚ ਲੈ ਕੇ ਧਮਕੀਆਂ ਲਾਈ ਜਾਂਦਾ ਕਿ ਮੈਂ ਗੈਂਗਸਟਰ ਉਹ ਜਾਂਚ ਦਾ ਹਿੱਸਾ ਵਾ ਉਹਦਾ ਮੈਡੀਕਲ ਕਰਵਾਵਾਂਗੇ ਜਾਂਚ ਕਰਾਵਾਂਗੇ ਨਸ਼ਾ ਕੀਤਾ ਨਹੀਂ ਕੀਤਾ ਜੇ ਨਸ਼ਾ ਕੀਤਾ ਹੋ ਜੋ ਉਹਦੀ ਕਾਰਵਾਈ ਬਣਦੀ ਉਸ 'ਤੇ ਕਰਾਂਗੇ ਹੁਣ ਕਾਰਵਾਈ ਕੀ ਬਣਦੀ ਜੇ ਨਸ਼ੇ ਦੇ ਕਾਰਵਾਈ ਕਰਨ ਤੋਂ ਪਹਿਲਾਂ ਜਿਹੜੀ ਕਾਰਵਾਈ ਬਣਦੀ ਕੀ ਬਣਦੀ ਕਾਰਵਾਈ ਆਏ ਅਸੀਂ ਹੁਣ ਵੇਖ ਰਹੇ ਹਾਂ ਗੱਡੀ ਦੇਖ ਰਹੇ ਗੱਡੀ ਤੋਂ ਚੈੱਕ ਕਰਦੇ ਆ ਉਹਦੇ ਵਿੱਚ ਕੀ ਜੇ ਕੋਈ ਨਿਕਲਦਾ ਤੁਹਾਡੇ ਸਾਹਮਣੇ ਵਿਖਾਉਣੇ ਆ ਗੱਡੀ 'ਚ ਭਾਜੀ ਨਿਕਲਿਆ ਸੀ ਇੱਥੇ